ਇਨਸਾਨ ਨੀਵਾ ਹੋਵੇ, ਅੱਲਾਹ ਦੀ ਦਾਤ ਰਹਿਮ ਦੇ ਕਰਮ ਕਰੇਗੀ। ਆਕੜ ਕਿਹੜੀ ਹੈ? ਆਕੜ ਚੀਨੀ ਅੱਲਾ ਖੁਦਾ ਬੰਦੇ ਕਰੀਮ ਨੂੰ ਆਕੜ ਪਸੰਦ ਨਹੀਂ, ਮੈਂ ਪਸੰਦ ਨਹੀਂ। ਜੋ ਫਖਰ ਕਰਤਾ ਹੈ ਉਸਕੋ ਖੁਦਾ ਦੀ ਜਾਤ ਅੱਛਾ ਨਹੀਂ। ਭਾਈ ਇਹ ਕਿ ਤੀਨ ਹਜ਼ਰਤ ਮੂਸਾ ਦਾ ਦੌਰ ਆਈ, ਤੀਨ ਆਦਮੀ ਇੱਕ ਜਗ੍ਹਾ ਗਿਆ ਹਜ਼ਰਤ ਮੂਸਾ ਅਲੈਹਿ ਸਲਾਮ ਜੋ ਕਹਿਣੇ ਲੱਗਾ, ਆਏ ਹਜ਼ਰਤ ਮੂਸਾ ਅਲੈਹਿ ਸਲਾਮ ਤੁਸੀਂ ਵਹਿੰਦੇ ਪਏ ਨੇ ਅੱਲਾਹ ਨਾਲ ਕਲਾਮ ਕਰੇਂ ਦੇ, ਇਹ ਬੜਾ ਮਿਹਰਬਾਨੀ ਕਰਕੇ ਮੇਰੇ ਬਾਰੇ ਪਿੱਛੇ ਕਿ ਮੈਂ ਜੋਸ਼ ਕਿ ਉਹ ਬੜਾ ਇਬਾਦਤੀ ਹੈ, ਇਬਾਦਤ ਮਸ਼ਹੂਰ ਮਸ਼ਗੂਲ ਬੈਠਾ ਆਈ ਮਸਰੂਫ ਤਾਂ ਆਈ ਤਾਂ ਉਸ ਅੱਲਾਹ ਦੀ ਜਾਤ ਨਹੀਂ ਤਾਂ ਬਾਰੇ ਦੇ ਵਿੱਚ ਆਕਾ ਆਏ ਮੂਸਾ ਮੇਰੇ ਬਾਰੇ ਪੁੱਛਿਆ ਕਿ ਮੈਂ ਜੰਤੀਆਂ ਜਾਂ ਦੋਸ਼ ਕੀਆਂ। ਅੱਛਾ ਉਹ ਕਹਿਣੇ ਲੱਗਾ ਚਲੋ ਸਹੀ ਹੈ, ਆ ਗਿਆ ਜੀ ਆ ਗਿਆ ਇੱਕ ਆਦਮੀ ਦੂਸਰਾ ਉਹ ਇਬਾਦਤ ਕਰ ਰਿਹਾ ਸਹੀ। ਉਸਕੋ ਬੋਲਾ ਐ ਉਸਨੇ ਬੋਲਾ ਐ ਮੂਸਾ ਤੁਸੀਂ ਤਾਂ ਵਹਿੰਦੇ ਪਏ ਨੇ ਅੱਲਾਹ ਦੀ ਬਾਰਗਾਹ ਦੇ ਵਿੱਚ ਕਲਾਮ ਕਰੇਂਦੇ ਨੇ ਅੱਲਾਹ ਦੇ ਪਿਆਰੇ ਨੇ, ਮੇਰੇ ਬਾਰੇ ਪਿੱਛੇ ਮੈਂ ਦੋਸ਼ ਕੀਆ ਜਾਂ ਗਲਤ ਕੀਆ? ਵਾਹ ਆ ਗਿਆ ਗਿਆ ਤੇ ਤੀਸਰਾ ਆਦਮੀ ਬੋਲ ਬੈਠਾ ਉਹ ਇਬਾਦਤ ਕਰੇ, ਉਹ ਬੋਲਾ ਐ ਹਜ਼ਰਤ ਮੂਸਾ ਅਲੈਹਿ ਸਲਾਮ ਵਹਿੰਦੇ ਪਏ ਨੇ ਤੁਸੀਂ ਅੱਲਾਹ ਦੀ ਕਲਾਮ ਕਰੇਂਦੇ ਵੀ ਬੜਾ ਮਿਹਰਬਾਨੀ ਕਰ ਪੁੱਛ ਮੇਰੇ ਬਾਰੇ ਮੈਂ ਦੋਸ਼ ਕੀ ਆਈ ਜਾਂ ਬਹਿਸ ਕੀ? ਅੱਲਾਹ ਦੀ ਬਾਰ ਗਾਈ ਹੈ ਤੇਰਾ ਪਹਿਲਾ ਹੀ ਉਸ 900 ਸਾਲ ਦੀ ਬਾਅਦ ਖਿੱਚ ਬੈਠਾ ਬਹਿ ਕਰੇਂਦੇ ਪਏ ਅੱਲਾਹ ਦੀ ਜ਼ਾਤ ਆਖਾ 900 ਸਾਲ ਦੀ ਬਾਅਦ ਅੱਲਾਹ ਦੀ ਜ਼ਾਤ ਆਖਾ ਹੈ ਮੂਸਾ ਜਿਹੜਾ ਪਹਿਲੂ ਇਬਾਦਤ ਕਰੇਂਦਾ ਬੇਟਾ 900 ਸਾਲ ਉਹਦੀ ਇਬਾਦਤ ਤੇ ਉਹ ਬਹਿਸ਼ਤੀ ਬਸ਼ਾਰਤ ਹੁੰਦੀ ਹੈ। ਦੂਸਰਾ ਆਖਾ ਪਾ ਗਿਆ ਉਹ ਦੋਸ਼ ਕੀ? ਤੀਸਰੇ ਦਿਨ ਗਿਆ ਉਸ ਆਖਾ ਇਹ ਦੋਸ਼ ਕੀ ਜਿਹੜਾ ਪਹਿਲੂ ਨੇ ਉਸ ਇਬਾਦਤ ਕੀਤੀ ਬੈਠਾ ਹੈ ਉਹਦੇ ਉਹਨੂੰ ਅੱਲਾਹ ਦੀ ਰਾਤ ਆਖਾ ਵੀ ਬੈਸ਼ ਚਲੋ ਮੈਂ ਵਾਪਸ ਆਇਆ ਤਾਂ ਆਖਣ ਲੱਗਾ ਆਏ ਮੂਸਾ ਦੱਸੋ ਮੇਰੇ ਬਾਰੇ ਨੂੰ ਅੱਲਾਹ ਦੀ ਰਾਤ ਆਖਾ ਤੂੰ ਬੈਸ਼ ਜੀ ਉਹ ਛਿੜ ਪਿਆ ਨਾ ਛਿੜ ਮੇਰੇ ਵਾਸਤੇ ਇਹ ਇੱਕ ਬੈਸ਼ ਤੇ ਜਾਂ ਇਨਾਮ ਕੋਈ ਕਹਾ ਨਹੀਂ। ਅੱਛਾ ਤੀਸਰੇ ਦਿਨ ਦੂਸਰੇ ਦਿਨ ਕੀ ਆ ਪਹਿਲੇ ਆ ਕੇ ਬਈ 900 ਸਾਲ ਇਬਾਦਤ ਕੀਤੀ ਹੈ ਮੈਨੂੰ ਖੁਦਾ ਦੀ ਜਾਤ ਤੇ ਸਿਰਫ ਬਹਿਸ਼ਤ ਕੀਤੀ ਹੈ ਇਨਾਮ ਕੋਈ ਨਹੀਂ ਦੇ ਉਹਨੂੰ ਰਾਤ ਦਾ ਮਿਸਾਲ ਦੇ ਸੁਕਨੇ ਦੇ ਵਿੱਚ ਬਹਿਸ਼ਤੇ ਦਵਾਈਂਦਾ ਸੀ ਹਸ਼ਰ ਦੀ ਉਤਰੇ ਲੱਗੀ। ਅੱਛਾ ਯਾਦ ਪੀਏ 300 ਸਾਲ ਦੀ ਬਾਦਤ ਨਿਕਲੀ ਅਸੀਂ ਅੱਗਾ ਵਜੇ ਤਾਂ ਕੋਈ ਇੱਕ ਆਦਮੀ ਪਿਆਲਾ ਪਾਣੀ ਦਾ ਲਈ ਕਰੇ ਉਹਦਾ ਕਿ ਮੈਂ ਪਾਣੀ ਦਾ ਪਿਆਲਾ ਦੇ ਪਾਣੀ ਦਾ ਤੈਨੂੰ ਪਿਆਲਾ 300 ਸਾਲ ਦੀ ਬਾਦਲ ਮੈਂ ਪਾਣੀ ਦਾ ਪਿਆਲਾ ਲੈ ਲੈ ਉਸਨੇ ਚਲੋ 300 ਜੋ ਜਿੰਨਾ ਤੈਨੂੰ ਬਾਕੀ 600 ਦਾ ਬਚਦਾ
ਉੱਤੇ ਜਿਹੜੇ ਪੀ ਲਿਆ ਸੀ ਅੱਗੇ ਚਲੀ ਗਿਆ ਵੱਲ ਪਿਆਸ ਲੱਗ ਗਈ। ਅੱਛਾ ਵੱਲ ਉੱਤੇ ਸੌਂ ਸਾਲ ਦੀ ਇਬਾਦਤ ਵੱਲ ਪਿਆਲੇ ਦੇ ਮਗਰ ਦੇ ਦਿੱਤੀ। ਇਸ ਤਰ੍ਹਾਂ ਵੱਲ ਤੀਜੇ ਪਿਆਲੇ ਦੇ ਅੱਗੇ ਉੱਤੇ ਗਿਆ ਅਤੇ ਉਹ 300 ਸਾਲ ਦੀ ਇਬਾਦਤ ਤਰਾਏ ਪਿਆਲੇ ਦੇ ਨੌ ਸਾਲ ਦੀ ਇਬਾਦਤ ਦਿੱਤੀ ਗੱਲ ਹੋਈ। ਅੱਗੇ ਜੰਨਾ ਤੇ ਬੰਨਣ ਪਿਆ ਗੱਲ ਦਰਬਾਰ ਆ ਕੇ ਨਹੀਂ ਮੇਰੀ ਇਬਾਦਤ ਮੁੱਕ ਗਈ ਖਤਮ ਮੇਰਾ ਗਲਤੀ ਹੋ ਗਈ ਹੈ ਤੈਨੂੰ ਗਈ ਮੈਂ ਤੂੰ ਕਰੀਮ ਤੇਰੀ ਸਿਹਤ ਇਬਾਦਤ ਤਾਂ ਪਿਆਲੇ ਦੇ ਵਿੱਚ ਮੁੱਕ ਗਈ ਖਾਣਾ ਲੈ ਤੂੰ ਬੰਦ ਬੰਦ ਖਾਣਾ ਖਾ ਲੈ ਸੀ ਅਗਰ ਤੈਨੂੰ ਫਲ ਬਵਾ ਵਿੱਚ ਆ ਕਰੇ ਤਾਂ ਵੱਲ ਤੂੰ ਆ ਕੇ ਇਹ ਬੈਠੀ ਵਾਲ ਜਨਾਬ ਤੀਜੇ ਪੈਗਾਮ ਬਈ ਇਹ ਦੋਸ਼ ਕੀ ਅੱਲਾ ਦੀ ਜਾਤ ਆਖਾ ਡਾਲ ਰਹੇ ਉਸ ਬੰਦੇ ਆ ਸਕੀਏ ਮੂਸਾ ਪੁੱਛਦਾ ਹੈ ਕਿ ਬਣੀ ਅਗਰ ਤੂੰ ਦੋਸ਼ ਕੀ ਅੱਲਾ ਦੀ ਜਾਤ ਆਖੀ ਤੂੰ ਦੋਸ਼ ਕੀ ਉਹ ਆਖ ਲੈ ਵਾਹ ਮੈਂ ਮਾਲਕ ਤੇਰੀ ਜਾਤ ਦਾ ਬੜਾ ਇਸ਼ਾਨ ਹੈ ਚਲੋ ਮੈਨੂੰ ਯਾਦ ਤਾਂ ਕੀਤੇ ਭਾਵੇਂ ਦੋ ਦਾ ਕਿਲ ਸਕੇ ਇਹਦਾ ਪੀ ਅਤੇ ਮੈਨੂੰ ਯਾਦ ਤਾਂ ਕੀਤਾ ਯਾਦ ਤਾਂ ਕੀਤਾ ਮੈਂ ਤੇਰੇ ਉੱਤੇ ਰਾਜ਼ੀ ਹਾਂ ਉਹ ਦੋਸ਼ ਕੀ ਸਹੀ ਯਾਦ ਤਾਂ ਕਿਤੇ ਬੁਲਾਇਆ ਤਾਂ ਨਹੀਂ ਯਾਰ ਮੈਂ ਯਾਦ ਤਾਂ ਘੁਮੰਡ ਫਖਰ ਕਿਹੜਾ ਕਰੇ ਫਖਰ ਕਰੇ ਆਕੜ ਕਰੇ ਸਿਰਫ ਖੁਦਾ ਨੇ ਫਖਰ ਨਹੀਂ ਬਣਦਾ ਬਈ ਹਰ ਚੀਜ਼ ਬਣਦੀ। चैनल को एंजॉय कीजिए, सब्सक्राइब कीजिए और वीडियोस को देखते रहिए।